ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਇਹ ਆਪਣੀ ਪੰਜਾਬ ਜੀਕੇ ਦੀ 13ਵੀਂ ਕਲਾਸ ਹੈ ਇਸ ਤੋਂ ਪਹਿਲਾਂ ਆਪਾਂ 12 ਕਲਾਸਸ ਅਲਰੇਡੀ ਕਵਰ ਕਰ ਚੁੱਕੇ ਹਾਂ ਜਿਸ ਵਿੱਚ ਆਪਾਂ ਕੀ ਪੰਜਾਬ ਦੀ ਜੀਓਗ੍ਰਾਫੀ ਪੜ੍ਹੀ ਥਿਊਰੀ ਵਿੱਚ ਪੜ੍ਹੀ ਉਸ ਤੋਂ ਇਲਾਵਾ ਜੀਓਗ੍ਰਾਫੀ ਦੇ ਐਮਸੀਕਿਊਜ਼ ਵੀ ਕੀਤੇ ਉਸ ਤੋਂ ਇਲਾਵਾ ਜਿਹੜੀ ਆਪਣੀ ਸਭਿਤਾ ਸੀ ਸਿੰਧੂ ਘਾਟੀ ਸਭਿਤਾ ਮਹਿੰਜੋਦੜੋ ਸਭਿਤਾ ਇਸ ਬਾਰੇ ਵੀ ਆਪਾਂ ਡਿਸਕਸ ਕੀਤੇ ਤੇ ਐਮਸੀਕਿਊ ਕੁਐਸਚਨ ਵੀ ਕਵਰ ਕੀਤੇ ਠੀਕ ਹੈ ਇਸ ਤੋਂ ਬਾਅਦ ਸੀਰੀਜ਼ ਵਾਈਜ਼ ਚੱਲਦੇ ਹੋਏ ਆਪਾਂ ਸਿੱਖ ਧਰਮ ਦੇ ਇਤਿਹਾਸ ਬਾਰੇ ਪੜਿਆ ਆਪਣੇ ਸਿੱਖ ਗੁਰੂਆਂ ਦੇ ਇਤਿਹਾਸ ਹੁਣ ਕੀ ਜਦੋਂ ਉਹਨਾਂ ਦਾ ਦੌਰ ਖਤਮ ਹੋ ਗਿਆ ਉਸ ਤੋਂ ਬਾਅਦ ਕਿਹੜਾ ਦੌਰ ਆ ਜਾਂਦਾ ਸਿੱਖ ਮਿਸਲ ਦਾ ਦੌਰ ਆ ਜਾਂਦਾ ਕਿਉਂਕਿ ਜਿਹੜੇ ਆਪਣੇ ਗੁਰੂ ਸੀ ਦਸਮ ਗੁਰੂ ਸੀ ਹੈਨਾ ਦਸੇ ਗੁਰੂਆਂ ਨੇ ਉਹਨਾਂ ਨੇ ਗੁਰੂ ਗ੍ਰੰਥ ਤੇ ਆ ਕੇ ਸਮਾਪਤ ਕਰਤੀ ਸੀ ਗੁਰੂ ਗੱਦੀ ਕਿ ਹੁਣ ਜੋ ਵੀ ਹੋਵੇਗਾ ਜੋ ਵੀ ਗੁਰੂ ਮੰਨੇਗਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨੇਗਾ ਇਸ ਤੋਂ ਬਾਅਦ ਨਵਾਂ ਦੌਰ ਸਟਾਰਟ ਹੁੰਦਾ ਜਿਸ ਨੂੰ ਆਪਾਂ ਸਿੱਖ ਮਿਸਲਾਂ ਦਾ ਦੌਰ ਕਿਹਾ ਜਾਂਦਾ ਸਭ ਤੋਂ ਪਹਿਲਾਂ ਇੱਕ ਗੱਲ ਨੋਟ ਕਰ ਲਓ ਮਿਸਲ ਸ਼ਬਦ ਦਾ ਵਾਕ ਕੀ ਹੁੰਦਾ ਇਸ ਦਾ ਸਲਠਨ ਇੱਥੇ ਸਪੈਲਿੰਗ ਮਿਸਟਰੀ ਜੋ ਹੋਗੀ ਇਹ ਠੱਠਾ ਹੈ ਠੀਕ ਹੈ ਤੇ ਮਿਸਲ ਸ਼ਬਦ ਦਾ ਮਤਲਬ ਕੀ ਹੈ ਸੰਗਠਨ ਜਾਂ ਰਾਜ ਦਾ ਮੰਡਲ ਕੀ ਦੌਰ ਸੀ ਉਸ ਟਾਈਮ ਕੀ ਸੀ ਮੁਗਲਾਂ ਦਾ ਕਾਫੀ ਹੱत्याਚਾਰ ਹੋ ਰਿਹਾ ਸੀ ਠੀਕ ਹੈ ਤੇ ਜਿਸ ਟਾਈਮ ਸਿੱਖ ਮਿਸਲਾਂ ਦੀ ਸਥਾਪਨਾ ਹੋਈ ਉਸ ਟਾਈਮ ਕੀ ਸੀ ਜਕਰੀਆ ਖਾਨ ਦਾ ਰਾਜ ਰਾਜ ਸੀ ਤੇ ਜੋ ਕਿ ਬਹੁਤ ਹੀ ਜ਼ਾਲਮ ਸ਼ਾਸਕ ਸੀ ਤੇ ਪੰਜਾਬ ਦੇ ਲੋਕਾਂ ਤੇ ਸਿੱਖ ਧਰਮ ਦੇ ਲੋਕਾਂ ਉੱਪਰ ਕਾਫੀ ਹੱत्याਚਾਰ ਕਰਦੇ ਸੀ ਹੁਣ ਇਸ ਨਾਲ ਜਕਰੀਆ ਖਾਨ ਨਾਲ ਨਿਸ਼ਾਨ ਵਾਸਤੇ ਸਿੱਖਾਂ ਨੇ ਕੀ ਕਰਨਾ ਸਟਾਰਟ ਕਰ ਦਿੱਤਾ ਮਿਸਲਾਂ ਬਣਾਉਣੀਆਂ ਸਟਾਰਟ ਕਰ ਦਿੱਤੀ ਤੇ ਹਰ ਮਿਸਲ ਵਿੱਚ ਕਾਫੀ ਸੈਨਿਕ ਜੁੜੇ ਹੁੰਦੇ ਸੀ ਕਿਸੇ 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 ਮਿਸਲ ਵਿੱਚ ਲੱਖ ਤੋਂ ਉੱਪਰ ਸੈਨਿਕ ਜੁੜੇ ਹੁੰਦੇ ਸੀ ਕਿਸੇ ਮਿਸਲ ਵਿੱਚ 10-15000 ਸੈਨਿਕ ਜੁੜੇ ਹੋਏ ਸੀ ਕਹਿੰਦੇ ਬਾਬਾ ਛੋਟੀ ਵੱਡੀਆਂ ਟੋਟਲ ਕਿੰਨੀਆਂ ਮਿਸਲਾਂ ਇਨਕਲੂਡ ਹੋ ਗਈਆਂ ਸੀ 12 ਸਿੱਖ ਮਿਸਲ ਐਗਜ਼ਾਮ ਵਿੱਚ ਜ਼ਿਆਦਾ ਕੁਝ ਨਹੀਂ ਪੁੱਛਿਆ ਜਾਂਦਾ ਸੀ ਕਿ ਮਿਸਲਾਂ ਬਾਰੇ ਜਸਟ ਤੁਸੀਂ ਇਹ ਰਿਮੈਂਬਰ ਰੱਖੋ ਇਹ ਯਾਦ ਕਰ ਲਿਓ ਕਿ ਕਿਹੜੀ ਮਿਸਲ ਦਾ ਕਿਹੜਾ ਸੰਸਥਾਪਕ ਸੀ ਮੈਂ ਇਹ 12 ਟੋਟਲ ਮਿਸਲਾਂ ਨੇ ਸਭ ਤੋਂ ਪਹਿਲਾਂ ਕਿਹੜੀ ਸੀ करोड़ या मिसल से जिसका सं संस्थापक कौन से करोड़ सिंह से ठीक है इस तु अलावा सैकेंड मिसल जी अपनी निशान बालिया मिसल जिसका संस्थापक दशोनदासावा थर्ड की गल करिए शहीदा मिसल से जिसका संस्थापक से बा दप सिंह इसके अलावा नेकई मिसल जिस संस्थापक स हीरा सिंह नेकई इस अलावा टलवालिया मिसल गुलाब सिंह ढले वालिया संस्थापक है इस तुला रामगढ़िया मिसल रामगढ़िया मिसल का ਜੋ ਸੰਸਥਾਪਕ ਸੀ ਉਸ ਦਾ ਨਾਮ ਸੀ ਜੱਸਾ ਸਿੰਘ ਰਾਮਗੜੀਆ ਕਾਫੀ ਫੇਮਸ ਮਿਸਲ ਸੀ ਇਹ ਤੇ ਐਗਜ਼ਾਮ ਵਿੱਚ ਕਾਫੀ ਵਾਰ ਪੁਆਇੰਟ ਇਹ ਪੁੱਛਿਆ ਜਾਂਦਾ ਹੈ ਕਿ ਰਾਮਗੜੀਆ ਮਿਸਲ ਦਾ ਸੰਸਥਾਪਕ ਕੌਣ ਸੀ ਚਾਰ ਨਾਮ ਦਿੱਤੇ ਹੁੰਦੇ ਜਿਨ੍ਹਾਂ ਵਿੱਚ ਆਪਾਂ ਨੂੰ ਜੱਸਾ ਸਿੰਘ ਰਾਮਗੜੀਆ ਯਾਦ ਰੱਖਣਾ ਇਸ 16ਵਾਂ 7 ਨੰਬਰ ਦਾ ਕਿਹੜਾ ਸੀ ਹੈ ਫੂਲਕੀਆ ਮਿਸਲ ਹੈ ਤੇ ਇਸ ਦਾ ਜਿਹੜਾ ਸੰਸਥਾਪਕ ਸੀ ਉਹ ਚੌਧਰੀ ਫੂਲ ਸੀ ਇਸ ਤੋਂ ਇਲਾਵਾ ਪੰਗੀ ਮਿਸਲ ਸੀ ਜਿਸ ਦਾ ਸੰਸਥਾਪਕ ਕੌਣ ਸੀ ਹਰੀ ਸਿੰਘ ਢਿੱਲੋ ਸੀ ਠੀਕ ਹੈ ਇਸ ਤੋਂ ਇਲਾਵਾ ਆਲੂਵਾਲੀਆ ਮਿਸਲ जस्सा सिंह आलूवालिया इसका संस्थापक से इसके अलावा तो कन्हैया मिसल इतने भी स्पैलिंग थोड़ी मिसटेक है कणियानी है कन्हैया मिसल है जिसका संथाप संस्थापक कौन सी जय सिंह सी। से इसके अलावा तो फैजलपुरिया मिसल सी इसका संस्थापक कौन नवाब कपूर सिंह से एंड इस अलावा तो मेन जी सुकरचक्किया मिसल जिसका संस्थापक बुद्ध सिंह इतने थोड़ा जहाँ स्पैलिंग इत भी मिसटेक होगी तो बुद्ध सिंह है राइट डाउन तुम जो लिखोगे तो सही लिखो बुद्ध सिंह ਸ਼ੁਕਰ ਚੱਕੀਆਂ ਦਾ ਮਿਸਲ ਦੋਸਤੋ एग्जाम ਵਿੱਚ ਮੋਸਟਲੀ ਕਿਹੜੇ ਕਿਹੜੇ ਰਾਮਗੜੀਆਂ ਮਿਸਲ ਪੁੱਛਿਆ ਜਾਂਦਾ ਹੈ ਇਸ ਤੋਂ ਇਲਾਵਾ ਸ਼ੁਕਰ ਚੱਕੀਆਂ ਮਿਸਲ ਬਾਰੇ ਵੀ ਕੁਐਸਚਨ ਪੁੱਛੇ ਜਾਂਦੇ ਨੇ ਇਸ ਤੋਂ ਇਲਾਵਾ ਆਲੂ ਵਾਲੀਆਂ ਮਿਸਲ ਇਹ ਤਿੰਨ ਤੁਸੀਂ ਮੇਨ ਯਾਦ ਰੱਖਿਓ एग्जाम ਵਿੱਚ ਬਹੁਤ ਵਾਰ ਇਹ ਪੁਆਇੰਟ ਰਿਪੀਟ ਹੋਏ ਨੇ ਇੰਨਾ ਮਿਸਲਾਂ ਦਾ ਜਿਹੜੇ ਸੰਸਥਾਪਕ ਨੇ ਇਹਨਾਂ ਬਾਰੇ ਪੁੱਛ ਲਿਆ ਜਾਂਦਾ ਤੁਕ ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਇੱਕ ਕਮੈਂਟ ਜਰੂਰ ਕਰ ਦਿਆ ਕਰੋ ਠੀਕ ਹੈ ਐਂ ਜੇ ਹਾਲੇ ਤੱਕ ਸਾਡਾ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਉੱਥੇ ਜਾ ਕੇ WhatsApp ਗਰੁੱਪ ਵੀ ਜੁਆਇਨ ਕਰ ਲਓ ਜਿਸ ਵਿੱਚ ਤੁਹਾਨੂੰ ਪ੍ਰੋਸੈਸ ਰਿਲੇਟਡ ਇਨਫੋਰਮੇਸ਼ਨ ਮਿਲਦੀ ਰਹੇਗੀ ਐਂਡ ਜੋ ਵੀ ਐਗਜ਼ਾਮ ਦੇ ਰਿਗਾਰਡਿੰਗ ਇਨਫੋਰਮੇਸ਼ਨ ਆਨ ਦੀ ਹੈ ਲੇਟੈਸਟ ਅਪਡੇਟ ਆਉਂਦੀ ਉਹ ਵੀ ਤੁਹਾਨੂੰ ਗਰੁੱਪ ਵਿੱਚ ਪ੍ਰੋਵਾਈਡ ਹੁੰਦੀ ਰਹੇਗੀ ਸੋ ਇਹ 12 ਮਿਸਲਾਂ ਸੀ ਇਹ ਕਿਉਂ ਬਣਿਆ ਸੀ ਜੋ ਮੁਗਲਾਂ ਦੇ ਅਤਿਆ ਯੁੱਧ ਕਰਨ ਵਾਸਤੇ ਇਹਨਾਂ ਨੇ ਅਲੱਗ-ਅਲੱਗ ਮਿਸਲਾਂ ਬਣਵਾ ਲਈਆਂ ਹੁਣ ਕੀ ਹੋ ਗਿਆ ਮੁਗਲਾਂ ਦਾ ਸਾਸਨ ਜਿਹੜਾ ਕਮਜ਼ੋਰ ਹੋ ਗਿਆ ਤੇ ਇਹ 12 ਮਿਸਲਾਂ ਦਾ ਰਾਜ ਹੋ ਗਿਆ ਪੰਜਾਬ ਤੇ ਠੀਕ ਹੈ ਹੁਣ ਇਹ ਆਪਸ ਵਿੱਚ ਲੜਦੇ ਰਹਿੰਦੇ ਸੀ ਤੇ ਆ ਇੱਕ ਦੂਜੇ ਦਾ ਖੇਤਰ ਹੁੰਦਾ ਜਿਹੜਾ ਏਰੀਆ ਹੁੰਦਾ ਰਾਜ ਉਸ ਨੂੰ ਹਤਿਆਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸੀ ਜਿਨ੍ਹਾਂ ਵਿੱਚੋਂ ਸਭ ਤੋਂ ਮਹਾਨ ਜਿਹੜਾ ਹੋਇਆ ਸੀ ਉਹ ਮਹਾਰਾਜਾ ਰਣਜੀਤ ਸਿੰਘ ਹੋਇਆ ਸੀ ਜੋ ਕਿ ਸੁਕਰਚੱਕਿਆ ਮਿਸਲ ਨਾਲ ਸੰਬੰਧਿਤ ਸੀ ਸਭ ਤੋਂ ਪਹਿਲਾ ਮੇਨ ਪੁਆਇੰਟ ਹੈ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਿਸਨ ਦੀ ਉਪਾਧੀ ਦਿੱਤੀ ਗਈ ਸੀ ਤਾਂ ਸ਼ੇਰੇ ਪੰਜਾਬ ਦੀ ਉਪਾਧੀ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਗਈ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ 13 ਨਵੰਬਰ 1780 ਈਸਵੀ ਵਿੱਚ ਗੁੰજરાਵਾਲ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਹੋਇਆ ਸੀ ਠੀਕ ਹੈ ਇਹਨਾਂ ਦਾ ਜਨਮ ਹੋਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਕੀ ਸੀ ਮਹਾ ਸੁਕਰਚਾਰੀਆ ਸੀ ਤੇ ਮਾਤਾ ਦਾ ਨਾਮ ਰਾਜਕੌਰ ਸੀ ਠੀਕ ਹੈ ਦੋਸਤੋ ਇਹ ਸਾਰੇ ਮੇਨ ਮੇਨ ਪੁਆਇੰਟ ਨੇ ਐਗਜ਼ਾਮ ਵਿੱਚ ਡਾਇਰੈਕਟਲੀ ਪੁੱਛੇ ਜਾਂਦੇ ਨੇ ਤਾਂ ਕਰਕੇ ਸਿਰਫ ਵੀਡੀਓ ਨੂੰ ਦੇਖਿਓ ਨਾਲ ਨਾਲ ਰਾਈਟ ਡਾਊਨ ਵੀ ਜ਼ਰੂਰ ਕਰਦੇ ਰਹੋ ਤੇ ਮਾਤਾ ਮਾਤਾ ਦਾ ਨਾਮ ਕਿਸ ਮਹਾਰਾਜਾ ਰਣਜੀਤ ਦਾ ਰਾਜਕੌਰ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕਿਆ ਮਿਸਲ ਨਾਲ ਸੰਬੰਧਿਤ ਸੀ एग्जाम ਵਿੱਚ ਪੁਆਇੰਟ ਪੁੱਛਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਸੀ ਜੋ ਕਿਹੜੀ ਮਿਸਲ ਸਿੱਖ ਮਿਸਲ ਨਾਲ ਸੰਬੰਧਿਤ ਸੀ ਤਾਂ ਉਹ ਸ਼ੁਕਰਚੱਕਿਆ ਮਿਸਲ ਨਾਲ ਸੰਬੰਧਿਤ ਸੀ ਤੇ ਸ਼ੁਕਰਚੱਕਿਆ ਮਿਸਲ ਦਾ ਜਿਹੜਾ ਸੰਸਥਾਪਕ ਸੀ ਉਹ ਬੁੱਧ ਸਿੰਘ ਸੀ ਜੋ ਮੈਂ ਆਲਰੇਡੀ ਤੁਹਾਨੂੰ ਪਿੱਛੇ ਦੱਸ ਚੁੱਕਿਆ ਹਾਂ ਹੁਣ ਸ਼ੁਕਰਚੱਕਿਆ ਮਿਸਲ ਦਾ ਪਹਿਲਾ ਤਾਂ ਬੁੱਧ ਸਿੰਘ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਡੈਥ ਹੋ ਗਈ ਤਾਂ ਨਹੌਂਦ ਸਿੰਘ ਤੇ ਦੇ ਹੱਥ ਵਿੱਚ ਬੰਗੜੌਰ ਆ ਗਈ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਡੈਥ ਹੋ ਗਈ ਤਾਂ ਚਰਤ ਸਿੰਘ ਦੇ ਹੱਥ ਵਿੱਚ ਆ ਗਈ ਸੁਕਰਚੱਕਿਆ ਮਿਸਲ ਦੀ ਬੰਗਲੌਰ ਇਸ ਤੋਂ ਬਾਅਦ ਮਹਾ ਸਿੰਘ ਦੇ ਹੱਥ ਵਿੱਚ ਆਈ ਤੇ ਮਹਾ ਸਿੰਘ ਦੀ ਜਦੋਂ ਡੈਥ ਹੋ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਕੋਲੇ ਸੁਕਰਚੱਕਿਆ ਦਾ ਰਾਜਾ ਬਣ ਗਿਆ ਮਤਲਬ ਕਿ ਵਾਗਡੌਰ ਸੀ ਜਿਹੜੀ ਸੁਕਰਚੱਕਿਆ ਵਿੱਚ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆ ਗਈ ਇਸ ਤੋਂ ਬਾਅਦ ਇੱਥੇ ਆਪਾਂ ਦੇਖ ਸਕਦੇ ਹਾਂ 1795 ਸੋਰੀ 1792 ਵਿੱਚ ਮਹਾ ਸਿੰਘ ਜੋ ਕਿ ਮਹਾਰਾਜ ਰਣਜੀਤ ਸਿੰਘ ਦੇ ਪਿਤਾ ਜੀ ਸਨ ਉਹਨਾਂ ਦੀ ਮੌਤ ਹੋ ਗਈ ਅਤੇ ਸੁਕਰ ਚੱਕਿਆ ਮਿਸਲ ਦਾ ਜਿਹੜਾ ਰਾਜਾ ਯਾਨੀ ਮਾਲਿਕ ਬਣ ਗਈ ਕੌਣ ਬਣ ਗਏ ਮਹਾਰਾਜਾ ਰਣਜੀਤ ਸਿੰਘ ਬਣ ਗਏ ਉਸ ਦੇ ਪਿਤਾ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਡੈਥ ਕਦੋਂ ਹੋਈ 1792 ਈਸਵੀ ਵਿੱਚ ਠੀਕ ਹੈ ਹੁਣ ਇਸ ਟਾਈਮ ਜਦੋਂ ਇਹ ਰਾਜਾ ਬਣੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਦੀ ਉਮਰ ਸਿਰਫ 12 ਸਾਲ ਸੀ ਅਤੇ ਚੇਚਕ ਦੀ ਬਿਮਾਰੀ ਦੇ ਕਾਰਨ ਉਹਨਾਂ ਦੀ ਲੈਫਟ ਆਈ ਸੀ ਜਿਹੜੀ ਖੱਬੀ ਅੱਖ ਸੀ ਉਸ ਦੀ ਜਿਹੜੀ ਦ੍ਰਿਸ਼ਟੀ ਸੀ ਮਤਲਬ ਕਿ ਨਜ਼ਰ ਸੀ ਉਹ ਵੀਕ ਹੋ ਗਈ ਸੀ ਮਤਲਬ ਕਿ ਉਹ ਅੰਦਰੰਗ ਦੀ ਪ੍ਰੋਬਲਮ ਹੋ ਗਈ ਸੀ ਉਸ ਅੱਖ ਵਿੱਚ ਤੇ ਐਗਜ਼ਾਮ ਵਿੱਚ ਇਹ ਪੁਆਇੰਟ ਪੁੱਛਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਕਿਹੜੀ ਬਿਮਾਰੀ ਦੇ ਕਾਰਨ ਗ੍ਰਸਤ ਹੋ ਗਈ ਸੀ ਠੀਕ ਹੈ ਕਿਚਕ ਦੀ ਬਿਮਾਰੀ ਤੁਸੀਂ ਯਾਦ ਰੱਖਿਓ ਇਸ ਤੋਂ ਇਲਾਵਾ ਉਹਨਾਂ ਦਾ ਵਿਆਹ ਸਦਾ ਕੌਰ ਨਾਲ ਹੋ ਗਿਆ ਕਦੋਂ ਹੋਇਆ ਸੀ ਇਹ 1796 ਇਸਵੀ ਵਿੱਚ ਹੋਇਆ ਸੀ ਠੀਕ ਹੈ ਜੋ ਕਿ ਇਹ ਸਦਾ ਕੌਰ ਸੀ ਮਹਾਰਾਜਾ ਰਣਜੀਤ ਸਿੰਘ ਦੀ ਵਾਈਫ ਸੀ ਇਹ ਕਨਈਆ ਮਿਸਲ ਦੀ ਨਾਲ ਸੰਬੰਧਿਤ ਸੀ ਇਸ ਤੋਂ ਇਲਾਵਾ ਇਸ ਤੋਂ ਬਾਅਦ ਕੀ ਹੋਇਆ ਸਾਰੇ ਹੀ ਜਿਹੜੇ ਵੀ ਮਿਸਲਾਂ ਸੀ ਆਪਸ ਵਿੱਚ ਲੜਦੇ ਰਹੇ ਝਗੜਦੇ ਰਹੇ ਹਨ ਕਿਸੇ ਨੇ ਕਿਸੇ ਦਾ ਰਾਜ ਖੋਲਿਆ ਕਿਸੇ ਨੇ ਕਿਸੇ ਦਾ ਰਾਜ ਖੋਲਿਆ ਪਰ ਮਹਾਰਾਜਾ ਰਣਜੀਤ ਸਿੰਘ ਸੀ ਕਾਫੀ ਤਾਕਤਵਰ ਰਾਜਾ ਸੀ ਉਸ ਸਮੇਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ 11 ਦੇ 11 ਇਹ ਜਿਹੜੇ ਮਿਸਲ ਸੀ ਉਹਨਾਂ ਨੂੰ ਹਰਾ ਦਿੱਤਾ ਤੇ ਉਹਨਾਂ ਦਾ ਖੇਤਰਾ ਜਿਹੜਾ ਆਪਣੇ ਅਧੀਨ ਕਰ ਲਿਆ ਠੀਕ ਹੈ ਇਸ ਤੋਂ ਬਾਅਦ 12 April 1801 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਜਿਹੜੀ 12 ਮਿਸਲਾਂ ਸੀ ਇਹਨਾਂ ਨੂੰ ਇਕੱਠਾ ਕੀਤਾ ਅਤੇ ਇੱਕ ਰਾਜ ਬਣਾ ਦਿੱਤਾ ਜਿਹਨੂੰ ਆਪਾਂ ਪੰਜਾਬ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਜੋ ਉਸ ਟਾਈਮ ਇਸ ਦਾ ਨਾਮ ਕੀ ਸੀ ਮੈਂ ਪਹਿਲਾਂ ਪਹਿਲੀ ਹੀ ਕਲਾਸ ਵਿੱਚ ਤੁਹਾਨੂੰ ਇਹ ਦੱਸਿਆ ਸੀ ਉਸ ਟਾਈਮ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਸੀ ਉਸ ਟਾਈਮ ਪੰਜਾਬ ਨੂੰ ਸੂਬਾ ਏ ਲਾਹੌਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਪੰਜਾਬ ਦੀ ਰਾਜਸਥਾਨੀ ਕੀ ਬਣਾਈ ਗਈ ਸੀ ਉਦੋਂ ਲਾਹੌਰ ਨੂੰ ਪੰਜਾਬ ਦੀ ਰਾਜਸਥਾਨੀ ਬਣਾਇਆ ਗਿਆ ਸੀ ਸਭ ਦੋਸਤੋ ਤੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਿੱਤਾਂ ਯਾਨੀ ਲੜਾਈਆਂ ਬਾਰੇ ਵੀ ਇਹ ਥੋੜੇ ਜਿਹਾ ਪੁਆਇੰਟ ਨੇ ਇਹ ਯਾਦ ਰੱਖ ਲਓ ਇਹਨੂੰ ਰਾਈਟ ਡਾਊਨ ਜ਼ਰੂਰ ਕਰ ਲਓ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਇਹ ਚੀਜ਼ਾਂ ਸਭ ਤੋਂ ਪਹਿਲਾਂ ਗੱਲ ਕਰੀਏ ਲਾਹੌਰ ਦੀ ਜਿੱਤ। ਇਗਜ਼ਾਮੇ ਵਿੱਚ ਪੁੱਛਿਆ ਜਾਂਦਾ ਹੈ ਕਿ ਲਾਹੌਰ ਦੀ ਲੜਾਈ ਕਦੋਂ ਹੋਈ ਸੀ? ਮਹਾਰਾਜਾ ਰਣਜੀਤ ਸਿੰਘ ਅਤੇ ਪੰਗੀ ਸਰਦਾਰਾਂ ਵਿੱਚ ਕਦੋਂ ਹੋਈ ਸੀ? ਤਾਂ ਯਾਦ ਰੱਖ 1799 ਈਸਵੀ ਵਿੱਚ ਹੋਈ ਸੀ। ਇਸ ਲੜਾਈ ਵਿੱਚ ਜਿੱਤ ਹਾਸਲ ਕਰਕੇ ਲਾਹੌਰ ਉੱਤਰ ਉੱਪਰ ਕਬਜ਼ਾ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਇਹ ਲੜਾਈ ਕਿਸ ਦੇ ਅਗੇਂਸਟ ਹੋਈ ਸੀ? ਪੰਗੀ ਸਰਦਾਰਾਂ ਦੇ ਅਗੇਂਸਟ ਇਹ ਲੜਾਈ ਹੋਈ ਸੀ ਠੀਕ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਲੜਾਈ 1805 ਈਸਵੀ ਵਿੱਚ ਹੋਈ ਜਿਸ ਦੀ ਜਿੱਤ ਤੋਂ ਸੁਣੋ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਪ੍ਰਾਪਤ ਹੋ ਗਿਆ ਸੀ ਤੇ ਇਹ ਲੜਾਈ ਕਿਉਂ ਹੋਈ ਸੀ ਗਲਬਸ ਸਿੰਘ ਦੀ ਜਿਹੜੀ ਘਰਵਾਲੀ ਸੀ ਜੇ ਗਲਬਸ ਸਿੰਘ ਦੀ ਡੈਥ ਹੋ ਗਈ ਸੀ ਤਾਂ ਸਾਰਾ ਜਿਹੜਾ ਰਾਜਪਾਟ ਸੀ ਉਸ ਟਾਈਮ ਮਾਈ ਸੁਖਨ ਕੋਲ ਸੀ ਤਾਂ ਇਹਨਾਂ ਨਾਲ ਯੁੱਧ ਹੋਇਆ ਸੀ ਤਾਂ ਅੰਮ੍ਰਿਤਸਰ ਤੇ ਕਬਜ਼ਾ ਹੋ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਤੋਂ ਬਾਅਦ ਕਸੂਰ ਦੀ ਜਿੱਤ 1807 ਈਸਵੀ ਵਿੱਚ ਹੋਈ ਜਿਸ ਦੀ ਜਿੱਤ ਦੇ ਪ੍ਰਾਪਤੀ ਵਿੱਚ ਕਸੂਰ ਏਰੀਆ ਆਹ ਰਾਜਾ ਰਣਜੀਤ ਸਿੰਘ ਦੇ ਹਿੱਸੇ ਵਿੱਚ ਆ ਗਿਆ ਸੀ ਤੇ ਇਹ ਹੀ ਲੜਾਈ ਕਿਹਦੇ ਨਾਲ ਹੋਈ ਸੀ ਕੁਤਬਦੀਨ ਨਾਲ ਇਹ ਲੜਾਈ ਹੋਈ ਸੀ ਠੀਕ ਹੈ ਇਸ ਤੋਂ ਇਲਾਵਾ ਜੰਗ ਦੀ ਜਿੱਤ 1873 ਵਿੱਚ ਹੋਈ ਸੀ ਤੇ ਇਸ ਨਾਲ ਜੰਗ ਖੇਤਰ ਮਹਾਰਾਜਾ ਰਣਜੀਤ ਸਿੰਘ ਜਿੱਤ ਸਮਰਾਜ ਵਿੱਚ ਮਿਲ ਗਿਆ ਤੇ ਇਹ ਲੜਾਈ ਕਿਹਦੇ ਨਾਲ ਹੋਈ ਸੀ ਅਹਿਮਦ ਖਾਨ ਦੇ ਨਾਲ ਹੋਈ ਸੀ ਇਸ ਤੋਂ ਇਲਾਵਾ ਸਿਆਲਕੋਟ ਦੀ ਜਿੱਤ 1828 ਵਿੱਚ ਹੋਈ ਸੀ ਜਿਸ ਨਾਲ ਸਿਆਲਕੋਟ ਦਾ ਸਾਰਾ ਏਰੀਆ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆ ਗਿਆ ਤੇ ਇਹ ਲੜਾਈ ਕਿਹਦੇ ਨਾਲ ਹੋਈ ਸੀ ਜੀਵਨ ਸਿੰਘ ਦੇ ਨਾਲ ਹੋਈ ਸੀ ਇਸ ਤੋਂ ਇਲਾਵਾ ਕਾਂਗੜਾ ਦੀ ਅਟਕ ਦੀ ਮੁਲਤਾਨ ਦੀ ਅਤੇ ਕਸ਼ਮੀਰ ਦੀ ਤੇ ਪੇਸ਼ਾਵਰ ਦੇ ਜਿੱਤੇ ਸਾਰੀ ਇੰਪੋਰਟਡ ਨੇ ਦੋਸਤੋ ਇਹ ਵਸੇ ਇੱਕ ਵਾਰੀ ਨਿਗਾਹ ਮਾਰ ਲਓ ਤੇ ਕਿਵੇਂ ਰਿਲੇਟ ਕਰਕੇ ਯਾਦ ਕਰ ਲਓ ਠੀਕ ਹੈ ਤੇ ਅਦਰ ਇਹ ਵੀ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਕਾਂਗੜਾ ਦੀ ਜਿਹੜੀ ਲੜਾਈ ਹੋਈ ਸੀ ਮਹਾਰਾਜ ਰਣਜੀਤ ਸਿੰਘ ਦੀ ਕਾਂਗੜਾ ਦੀ ਲੜਾਈ ਕੀ ਦੇ ਨਾਲ ਹੋਈ ਸੀ ਠੀਕ ਹੈ ਇਹ ਚੀਜ਼ਾਂ ਵੀ ਯਾਦ ਕਰਨੀ ਜ਼ਰੂਰੀ ਹੁੰਦੀਆਂ ਤਾਂ ਵਰਕੇ ਤੁਹਾਡੇ ਕਿਤੋਂ ਸਾਰਾ ਪਾਸੇ ਹੀ ਕਲੀਅਰ ਹੋ ਜਾਵੇ ਮਤਲਬ ਕਿ ਕੋਈ ਵੀ ਚੀਜ਼ ਆਪਣੀ ਰਹਿ ਨਾ ਤਾਂ ਯਾਦ ਜ਼ਰੂਰ ਕਰੋ ਇਹਨਾਂ ਨੂੰ ਵੀ ਇਸ ਤੋਂ ਲਾਵਾ ਕੁਝ ਪੁਆਇੰਟ ਨੇ ਇਗਜ਼ਾਮ ਵਿੱਚ ਆਉਣ ਦੀ ਸੰਭਾਵਨਾ ਹੈ ਇਹ ਨਾਰਮਲ ਹੀ ਚੀਜ਼ਾਂ ਵੈਸੇ ਸਭ ਨੂੰ ਪਤਾ ਹੀ ਹੁੰਦੀਆਂ ਹਨ ਇੱਕ ਵਾਰੀ ਨਿਗਾਹ ਮਾਰ ਲਓ ਇਜ਼ੀਲੀ ਮਾਈਂਡ ਵੀ ਸੈੱਟ ਹੋ ਜਾਵੇਗੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ 1780 ਈਸਵੀ ਵਿੱਚ ਗੁੰਜਰਾਵੜ ਜਿਹੜਾ ਹੁਣ ਪਾਕਿਸਤਾਨ ਵਿੱਚ ਹੈ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਮਾਤਾ ਦਾ ਨਾਮ ਸਰਦਾਰਨੀ ਰਾਜਕੌਰ ਫਾਦਰ ਦਾ ਨਾਮ ਕੀ ਸੀ ਸਰਦਾਰ ਮਹਾ ਸਿੰਘ ਤੇ ਪਛਾਣ ਇਸ ਨੂੰ ਕੀ ਉਪਾਧੀ ਮਿਲੀ ਸੀ ਸ਼ੇਰ-ਏ-ਪੰਜਾਬ ਦੀ ਸ਼ੇਰ-ਏ-ਪੰਜਾਬ ਵੱਜੋਂ ਜਾਂ ਜਾਣਿਆ ਜਾਂਦਾ ਸੀ ਕਿਹੜੀ ਮਿਸ਼ਨ ਨਾਲ ਸੰਬੰਧਿਤ ਸੀ ਇਹ ਸ਼ੁਕਰਚੱਕੀਆ ਮਿਸ਼ਨ ਨਾਲ ਸੀ ਅਨਦੀ ਪਤਨੀ ਦਾ ਨਾਮ ਕੀ ਸੀ ਇਹ ਮਹਿਤਾਬ ਕੌਰ ਸੀ ਇਸਲਾਬਾ ਮੁੱਖ ਤੌਰ ਤੇ ਪਾਲਣ ਪੋਸ਼ਣ ਕੀਤਾ ਸੀ ਸਦਾਕੌਰ ਮਤਲਬ ਵੀ ਸਦਾਕੌਰ ਅਤੇ ਹਾਂ ਸਦਾਕੌਰ ਹੀ ਸੀ ਜੋ ਉਹਨਾਂ ਦੀ ਸੱਸ ਸੀ ਠੀਕ ਹੈ ਇਹ ਸਦਾਕੌਰ ਜੋ ਸੀ ਜੋ ਮਹਿਤਾਬ ਕੌਰ ਸੀ ਅਨਦੀ ਮਾਂ ਸੀ ਤੇ ਇਹਨਾਂ ਨੇ ਹੀ ਮਹਾਰਾਜ ਰਣਜੀਤ ਸਿੰਘ ਦਾ ਪਾਲਣ ਪੋਸ਼ਣ ਕੀਤਾ ਸੀ ਕਿਉਂਕਿ ਉਸ ਟਾਈਮ 12 ਸਾਲ ਦੇ ਸੀ ਇਹ ਤੇ ਇਹਨਾਂ ਦੇ ਫਾਦਰ ਦੀ ਤੇ ਮਾਦਰ ਦੀ ਆਲਰੇਡੀ ਡੈਥ ਹੋ ਚੁੱਕੀ ਸੀ ਉਸ ਟਾਈਮ ਜਦੋਂ ਸਾਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆ ਗਿਆ ਪੰਜਾਬ ਦੀ ਰਾਸਤਾਨੀ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਬਣਾਏ ਸੀ ਲਾਹੌਰ ਬਣਾਏ ਸੀ ਤੇ ਜਾਰੀ ਕੀਤਾ ਕੀ ਕੁਛ ਇਹਨਾਂ ਨੇ ਆਪਣੇ ਰਾਜ ਸਾਸਨ ਦੌਰਾਨ ਜਾਰੀ ਕੀਤਾ ਸਭ ਤੋਂ ਪਹਿਲਾਂ ਇਹਨਾਂ ਨੇ ਸਿੱਕੇ ਚਲਾਏ ਸੀ ਗੁਰੂ ਨਾਨਕ ਦੇਵ ਜੀ ਦੇ ਫੋਟੋ ਅੰਕ੍ਰਿਤ ਸੀ ਉਸ ਦੇ ਉੱਪਰ ਨਾਨਕ ਸਾਹੀ ਸਿੱਕੇ ਚਲਾਏ ਸੀ एग्जाम ਵਿੱਚ ਇਹ ਪੁਆਇੰਟ ਪੁੱਛਿਆ ਜਾਂਦਾ ਹੈ ਕਿ ਨਾਨਕ ਸਾਹੀ ਸਿੱਕੇ ਸੀ ਜਿਹੜੇ ਉਹ ਕਿਸ ਮਹਾਰਾਜੇ ਨੇ ਚਲਾਏ ਸੀ ਤਾਂ ਯਾਦ ਰੱਖਿਓ ਮਹਾਰਾਜਾ ਰਣਜੀਤ ਸਿੰਘ ਦੁਆਰਾ ਉਨ੍ਹਾਂ ਦੁਆਰਾ ਨਿਯੁਕਤ ਕੀਤੇ ਯੂਰੋਪੀਅਨ ਅਧਿਕਾਰੀ ਪੰਜਾਬ ਵਿੱਚ ਉਸਨੇ ਦੋ ਯੂਰੋਪੀਅਨ ਅਧਿਕਾਰੀ ਨਿਯੁਕਤ ਕੀਤੇ ਸੀ ਵੈਂਚੂਰਾ ਅਤੇ ਅਲਾਰਡ ਠੀਕ ਹੈ ਤੇ ਕੀ ਕੁਝ ਬਣਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਥਿਊਰੀ ਦੀ ਕਲਾਸ ਦਿੱਤੀ ਸੀ ਉਸ ਵਿੱਚ ਵੀ ਸਮਝਾ ਦਿੱਤਾ ਸੀ ਜਿਸ ਵਿੱਚ ਪੰਜ ਤਖਤਾਂ ਮਾਰੇ ਆਪਾਂ ਡਿਸਕਸ ਕੀਤਾ ਸੀ ਉਸ ਵਿੱਚ ਆਲਰੇਡੀ ਮੈਂ ਪ੍ਰੋਪਰ ਸਮਝਾ ਚੁੱਕਿਆ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤਖਤ ਸ਼੍ਰੀ ਪਟਨਾ ਸਾਹਿਬ ਦਾ ਮੂੜ ਨਿਰਮਾਣ ਕਰਾਇਆ ਸੀ ਉਹਦੀ ਬਿਲਡਿੰਗ ਫਿਰ ਤੋਂ ਬਣਵਾਈ ਸੀ ਠੀਕ ਹੈ ਇਸ ਤੋਂ ਇਲਾਵਾ ਸ੍ਰੀ ਤਖਤ ਹਜੂਰ ਸਾਹਿਬ ਦੀ ਵੀ ਜਿਹੜੀ ਬਿਲਡਿੰਗ ਸੀ ਦੁਆਰੇ ਬਣਵਾਏ ਸੀ ਜੋ ਕਿ ਸਰਕਾਰੀ ਖਜ਼ਾਨੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਇਸ ਤੋਂ ਇਲਾਵਾ ਸੋਨੇ ਦੀਆਂ ਪਲੇਟਾਂ ਦੀ দান ਕੀਤੀ ਹਰਮੰਦਰ ਸਾਹਿਬ ਵਿੱਚ ਦੀ ਕੰਧਾਂ ਉੱਪਰ ਜਿਹੜੀ ਆਪਾਂ ਦੇਖ ਸਕਦੇ ਹਾਂ 골ਡਨ ਟੈਂਪਲ ਉੱਪਰ ਪਲੇਟ ਪਰਤ ਚੜੀ ਹੋਈ ਆ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਉਸ ਟਾਈਮ দান ਕੀਤੀ ਗਈ ਸੀ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਸੰਧੀਆਂ ਨੇ ਅੰਗਰੇਜ਼ਾਂ ਨਾਲ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਆ ਅੰਮ੍ਰਿਤਸਰ ਦੀ ਸੰਧੀ ਜੋ 1809 ਇਸ ਵੀ ਵਿੱਚ ਹੋਈ ਸੀ ਐਗਜ਼ਾਮ ਵਿੱਚ ਜੇ ਡਾਇਰੈਕਟਲੀ ਪੁੱਛ ਲਿਆ ਜਾਂਦਾ ਹੈ ਕਿ ਅੰਗਰੇਜ਼ਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ 1809 ਤੁਸੀਂ ਯਾਦ ਰੱਖੋ ਤੇ ਤੇ ਪੱਖੀ ਸੰਧੀ ਹੋਈ ਸੀ ਇੱਕ ਜੋ 1838 ਇਸ ਵੀ ਵਿੱਚ ਹੋਈ ਸੀ ਤੇ ਅਨੰਦ ਦੀ ਡੈਥ ਕਦੋਂ ਹੋ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੀ 1839 ਇਸ ਵੀ ਵਿੱਚ ਅਨੰਦ ਦੀ ਡੈਥ ਹੋ ਗਈ ਸੀ